ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਮਸ਼ੀਰ ਦਸਤ ਵਿੱਚ ਗੱਲ ਕਰਦੇ ਆ ਜਦੋਂ ਸਿੱਖ ਕੌਮ ਦੀ ਅਲਬੇਲੇ ਜਰਨੈਲ ਬਹੁਤ ਹੀ ਸਤਿਕਾਰਯੋਗ ਅਮਰ ਸ਼ਹੀਦ ਜਨਰਲ ਲਾਭ ਸਿੰਘ ਨੇ ਜਲੰਧਰ ਦੀ ਕੇਂਦਰੀ ਝੀਲ ਦੇ ਵਿੱਚ ਇੱਕ ਵਿਅਕਤੀ ਦੇ ਮੂੰਹ ਵਿੱਚੋਂ ਤੰਬਾਕੂ ਕੱਢਿਆ ਸੀ ਇੱਕ ਨਿਹੰਗ ਸਿੰਘ ਬਜ਼ੁਰਗ ਜਿਸ ਦਾ ਨਾਮ ਸੀ ਬਾਬਾ ਸੱਗਰ ਸਿੰਘ ਜੋ ਕਿ ਜਲੰਧਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਸੀ ਕਿਸੇ ਕਤਲ ਕੇਸ ਦੇ ਸਬੰਧ ਵਿੱਚ ਕਤਲ ਕੇਸ ਦੇ ਵਿੱਚ ਉਸ ਨੂੰ ਕੈਦ ਹੋ ਚੁੱਕੀ ਸੀ ਛੁੱਟੀ ਗਿਆ ਤਾਂ ਉਹਨਾਂ ਹੀ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਅਤਵਾਸ਼ੀ ਹਮਲਾ ਕਰ ਦਿੱਤਾ ਤਾਂ ਇਸ ਹਮਲੇ ਦੀ ਖੁਸ਼ੀ ਦੇ ਵਿੱਚ ਇੱਕ ਹਿੰਦੂ ਧਰਮਨਾਸ਼ ਸੰਬੰਧਤ ਵਿਅਕਤੀ ਖੁਸ਼ੀਆਂ ਮਨਾ ਰਿਹਾ ਸੀ ਲੱਡੂ ਵੰਡ ਰਿਹਾ ਸੀ ਤਾਂ ਉਸ ਦਾ ਟੱਕਰਾ ਉਸ ਸਾਡੇ ਸਤਕਾਰਯੋਗ ਬਾਬਾ ਸੱਗਰ ਸਿੰਘ ਦੇ ਨਾਲ ਹੋ ਗਿਆ ਬਾਬਾ ਸੱਗਰ ਸਿੰਘ ਦਾ ਪਿੰਡ ਸ਼ਾਹਕੋਟ ਮਲਸੀਆਂ ਲੱਗੀ ਸੀ ਉਸ ਦਾ ਟੱਕਰਾ ਹੋਇਆ ਉਸ ਨੂੰ ਲੱਡੂ ਵੰਦੇ ਨੂੰ ਵੇਖ ਕੇ ਬਾਬਾ ਸੱਗਰ ਸਿੰਘ ਨੂੰ ਰੋ ਚੜਿਆ ਅਤੇ ਆਪਣੀ ਕਿਰਪਾਨ ਕੱਢ ਕੇ ਉਸਨੇ ਉਸ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਸਿਰ ਉਸ ਦਾ ਧੜ ਦਾਣੋਂ ਅਲੱਗ ਕੀਤਾ ਅਤੇ ਲੱਡੂਆਂ ਵਾਲੀ ਥਾਲ ਦੇ ਵਿੱਚ ਰੱਖ ਦਿੱਤਾ ਉਹ ਲੱਡੂਆਂ ਵਾਲਾ ਥਾਲ ਸਣੇ ਉਸ ਦੇ ਸਿਰ ਉਸ ਦੀ ਬੈਕ ਤੇ ਰੱਖ ਦਿੱਤਾ ਉਸ ਤੋਂ ਬਾਅਦ ਉਸਨੇ ਆਤਮ ਸਮਰਪਣ ਕਰ ਦਿੱਤਾ ਅਤੇ ਉਸ ਨੂੰ ਦੁਆਰਾ ਫਿਰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਛੁੱਟੀ ਗਿਆ ਹੋਇਆ ਸੀ ਸ਼ਿੱਟੀ ਵੀ ਖਤਮ ਹੋਣੀ ਸੀ ਪਰ ਪਹਿਲਾਂ ਹੀ ਉਸ ਨੇ ਜਦੋਂ ਇਹ ਕਾਰਵਾਈ ਕੀਤੀ ਤਾਂ ਉਸ ਨੂੰ ਗ੍ਰਿਫਤਾਰ ਕਰਕੇ ਦੁਬਾਰਾ ਫੇਰ ਜੇਲ੍ਹ ਦੀ ਵਿੱਚ ਭੇਜਿਆ ਗਿਆ ਕੇਂਦਰੀ ਜੇਲ੍ਹ ਜਲੰਧਰ ਦੇ ਵਿੱਚ 36 ਚੱਕੀਆਂ ਦੇ ਵਿੱਚ ਜੋ ਵਾਧਾ ਮੁਆਫਕ ਚੱਕੀਆਂ ਸੀ 2 ਨੰਬਰ 1 ਬਲਾਕ ਤੋਂ ਪਹਿਲਾਂ ਉਹਨਾਂ ਚੱਕੀਆਂ ਦੇ ਵਿੱਚ ਰਿਹੈਸ਼ ਹੁੰਦੀ ਸੀ ਬਾਬਾ ਸੱਗਰ ਸਿੰਘ ਦੀ ਬਾਬਾ ਸੱਗਰ ਸਿੰਘ ਸਾਡੇ ਨਾਲ ਹੀ ਅਮਰ ਸ਼ਹੀਦ ਭਾਈ ਸਵਰਨਜੀਤ ਸਿੰਘ ਪਿੰਡ ਅਲਾਦੀਨ ਦੇ ਕੋਲੋਂ ਗੁਰਬਾਣੀ ਦੀ ਸੰਥਿਆ ਲਿਆ ਕਰਦੇ ਸੀ ਸੋ ਉਹਨਾਂ ਹੀ ਸਮਿਆ ਦੌਰਾਨ ਜਲੰਧਰ ਜੇਲ੍ਹ ਦੇ ਵਿੱਚ ਬੰਦ ਸੀ ਇੱਕ ਮਦਨ ਲਾਲ ਨਾਮ ਦਾ ਵਿਅਕਤੀ ਉਹ ਮਦਨ ਲਾਲ Hindu ਧਰਮ ਦੇ ਨਾਲ ਸੰਬੰਧਿਤ ਸੀ ਅਤੇ ਸੈਕ ਸੰਘਰਸ਼ ਤੋਂ ਉਹ ਪ੍ਰਭਾਵਿਤ ਹੋਇਆ ਤਾਂ ਉਸ ਨੇ ਜਿਝਾਰੂਆਂ ਦਾ ਸਾਥ ਦੇਣਾ ਸ਼ੁਰੂ ਕਰ ਦਿੱਤਾ ਕਈ ਕਾਰਵਾਈਆਂ ਕੀਤੀਆਂ ਵਸਨ ਜਫਰਵਾਲ ਦੇ ਨਾਲ ਉਹ ਦੱਸਦਾ ਹੁੰਦਾ ਸੀ ਕਿ ਉਹਨਾਂ ਨੇ ਇੱਕ ਅਰਬ ਤੋਂ ਗਏ ਹੋਏ ਵਿਅਕਤੀ ਦਾ ਘਰ ਕਰ ਲੁੱਟਿਆ ਸੀ ਜ਼ਿਮੀਂਦਾਰ ਦਾ ਅਤੇ ਵਸਨ ਸਿਓ ਦੇ ਸਿਰ ਤੇ ਉਹਨਾਂ ਨੇ ਇੱਕ ਕੱਪੜੇ ਦਾ ਥਾਨ ਜਾਪਾਨੀ ਕੱਪੜੇ ਦਾ ਥਾਨ ਜਿਸ ਨੂੰ ਉਹ ਬੂਸਕੀ ਕਹਿੰਦਾ ਸੀ ਕਿ ਬੂਸਕੀ ਦਾ ਥਾਨ ਉਹਨਾਂ ਨੇ ਵੱਸਣ ਸੋ ਜਫਰਵਾਲ ਦੇ ਸਿਰ ਤੇ ਚਗਾਤਾ ਅਤੇ ਜਦੋਂ ਉਹ ਥਾਨ ਲੈ ਕੇ ਜਾ ਰਿਹਾ ਸੀ ਜਫਰਵਾਲ ਉਹ ਵੱਖ-ਵੱਖ ਦਿਸ਼ਾਵਾਂ ਵੱਲ ਜਾ ਰਏ ਸੀ ਸਾਰੇ ਜਣੇ ਤਾਂ ਜਫਰਵਾਲ ਉਹ ਬੋਸਕੀ ਦਾ ਥਾਨ ਕਮਾਦੀ ਵਿੱਚ ਛੱਟ ਕੇ ਆ ਗਿਆ ਸੀ ਸੋ ਕਿਆ ਕਰਦਾ ਸੀ ਕਿ ਪੰਜ ਮੈਂਬਰੀ ਪੰਥਕ ਕਮੇਟੀ ਦਾ ਜਿਸ ਨੂੰ ਮੈਂਬਰ ਬਣਾਇਆ ਇਸ ਦੀ ਔਕਾਤ ਇੰਨੀ ਕਹੇ ਖੈਰ ਇਹ ਵੱਖਰਾ ਅਭਿਸ਼ਾ ਹੈ ਉਹ ਮਦਨ ਲਾਲ ਬਾਬਾ ਸੱਗਰ ਸਿੰਘ ਦੀ ਰੋਟੀ ਬਣਾਇਆ ਕਰਦਾ ਸੀ ਮਦਨ ਲਾਲ ਦੇ ਉੱਪਰ ਜੋ ਕੇਸ ਦਰਜ ਸੀ ਉਹਨਾਂ ਕੇਸਾਂ ਦੇ ਵਿੱਚ ਇੱਕ ਕੇਸ ਸ਼ੀਨਾ ਬਸ ਕਾਂਡ ਦਾ ਵੀ ਸੀ ਜਦੋਂ ਕਿਤੇ ਪੁਲਿਸ ਵਾਲਿਆਂ ਨੇ ਜਾਂ ਜੇਲ੍ਹ ਵਾਲਿਆਂ ਨੇ ਆਣ ਕੇ ਪੁੱਛਣਾ ਕਿ ਤੇਰਾ ਨਾਮ ਕੀ ਹੈ ਸਾਰਿਆਂ ਨੇ ਆਪੂ ਆਪਣਾ ਨਾਮ ਅਸੀਂ ਦੱਸਣਾ ਤਰੀਕ ਤੇ ਜਾਣ ਵੇਲੇ ਜਾਂ ਵੈਸੇ ਗੱਲਬਾਤ ਕਰਨ ਦੌਰਾਨ ਤਾਂ ਜਦੋਂ ਮਦਨ ਲਾਲ ਨੇ ਕਿਹਾ ਕਿ ਮਦਨ ਲਾਲ ਤਾਂ ਉਸ ਸਬੰਧਤ ਅਧਿਕਾਰੀ ਨੇ ਉਸ ਤੇ ਸਿਰ ਤੋਂ ਲੈ ਕੇ ਪੈਰਾਂ ਵੱਲ ਵੇਖਣਾ ਕਿ ਮਦਨ ਲਾਲ ਸ਼ਕਲ ਸਿੱਖਾਂ ਵਾਲੀ ਨਾਮ ਹਿੰਦੂਆਂ ਵਾਲਾ ਤਾਂ ਅਸੀਂ ਕਹਣਾ ਕਿ ਮਦਨ ਲਾਲ ਉਰਫ ਸ਼ੀਨਾ ਬਸਕਾੜ ਤਾਂ ਉਹ ਵਿਅਕਤੀ ਜੋ ਪੁਲਿਸ ਵਾਲਾ ਜਾਂ ਜੇਲ੍ਹ ਵਾਲਾ ਹੁੰਦਾ ਸੀ ਹੋਰ ਵੀ ਜ਼ਿਆਦਾ ਹੈਰਾਨ ਹੋ ਜਾਇਆ ਕਰਦਾ ਸੀ ਸੋ ਉਸ ਮਦਨ ਲਾਲ ਉਰਫ ਮਦਨਜੀਤ ਉਰਫ ਮਦਨ ਸਿੰਘ ਉਹਦੇ ਕੋਲੋਂ ਬਾਬਾ ਸੱਗਰ ਸਿੰਘ ਉਦੇ ਹੱਥੋਂ ਹੀ ਪ੍ਰਸ਼ਾਦਾ ਛਕਿਆ ਕਰਦਾ ਸੀ ਉਹੀ ਦਾਲ ਸਬ지 ਬਾਬਾ ਸੱਗਰ ਸਿੰਘ ਬਾਸਤੇ ਤਿਆਰ ਕਰਿਆ ਕਰਦਾ ਸੀ ਹੌਲੀ ਹੌਲੀ ਇੱਕ ਦਿਨ ਪਤਾ ਲੱਗਾ ਕਿ ਉਹ ਮਦਨ ਲਾਲ ਯਰਦਾ ਲਗਾਉਂਦਾ ਤੰਬਾਕੂ ਆਪਣੇ ਬੁੱਲਾਂ ਦੇ ਵਿੱਚ ਰੱਖਦਾ ਹੁੰਦਾ ਜਿਹਾ ਕਿ ਕਲੀ ਦੇ ਵਿੱਚ ਮਿਕਸ ਕਰਕੇ ਅਕਸਰ ਲੋਕ ਰੱਖਦੇ ਹਨ ਤਾਂ ਬਹੁਤ ਜ਼ਿਆਦਾ ਹੈਰਾਨੀ ਹੋਈ ਤਾਂ ਅਸੀਂ ਆਖਿਆ ਕਿ ਨਹੀਂ ਇਹ ਹੋ ਨਹੀਂ ਸਕਦਾ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਰੱਖ ਕੇ ਨਿਕਲੂਗਾ ਜਦੋਂ ਉਹ ਜ਼ਰਦਾ ਲਾ ਕੇ ਆਵੇਗਾ ਤੁਹਾਨੂੰ ਉਦੋਂ ਦੱਸਾਂਗੇ ਉਜ਼ਰਦਾ ਲਗਾ ਕੇ 11 ਨੰਬਰ ਬੈਂਕ ਦੇ ਵਿੱਚੋਂ ਨਿਕਲਿਆ ਤਾਂ ਉਸੇ ਵੇਲੇ ਅਸੀਂ ਉਸ ਨੂੰ ਰੋਕ ਲਿਆ ਕਿਉਂਕਿ ਚੱਕਰ ਦੇ ਵਿੱਚੋਂ ਉਹ ਨਿਕਲਿਆ ਸੀ ਤੇ 36 ਚੱਕੀਆਂ ਵੱਲ ਉਸ ਨੇ ਜਾਣਾ ਸੀ ਅਸੀਂ ਰਸਤੇ ਦੇ ਵਿੱਚ ਖੜੇ ਸੀ ਉਹਨੇ ਦੂਰੋਂ ਇਸ਼ਾਰਾ ਕੀਤਾ ਮਦਨ ਲਾ ਨੂੰ ਰੁਕਿਆ ਗਿਆ ਅਤੇ ਉਸ ਨੂੰ ਪੁੱਛਿਆ ਕਿ ਤੂੰ ਜਰਦਾ ਲਾ ਕੇ ਆਇਆ ਤੋ ਬਾਬਾ ਸੱਗਰ ਸਿੰਘ ਦੀ ਰੋਟੀ ਬਣਾਉਣਾ ਉਹ ਤੇਰੇ ਤੇ ਇੰਨਾ ਇਤਬਾਰ ਕਰਦਾ ਕਿ ਤੂੰ ਆਹ ਕੁਝ ਕਰਦਾ ਉਸ ਨੇ ਆਖਿਆ ਕਿ ਨਹੀਂ ਇਹ ਕਦੀ ਹੋਈ ਨਹੀਂ ਸਕਦਾ ਉਸ ਨੇ ਆਖਿਆ ਕਿ ਆ ਲਓ ਚੈੱਕ ਕਰ ਲੋ ਉਸ ਨੇ ਆਪਣੇ ਬੁੱਲ ਥੱਲੇ ਨੂੰ ਕਰਕੇ ਦਿਖਾਈ ਮੂੰਹ ਖੋਲ ਕੇ ਦਿਖਾਇਆ ਦੱਸੋ ਕਹਿੰਦਾ ਮੈਂ ਕਿੱਥੇ ਜਰਦਾ ਲਗਾਇਆ ਤੁਸੀਂ ਝੂਠ ਬੋਲੇ ਆ ਅਸੀਂ ਕਿਹਾ ਨਹੀਂ ਝੂਠ ਨਹੀਂ ਬੋਲੇ ਸਾਨੂੰ ਸਹੀ ਖਬਰ ਮਿਲੀ ਆ ਤਾਂ ਐਨ ਉਸੇ ਵਕਤ ਸੈਕਮ ਦਾ ਅਲਵਿਲਦਾ ਜਰਨੈਲ ਜੰਦਰ ਲਾਭ ਸਿੰਘ ਜੇਲ੍ਹ ਦੀ ਡਿਊਟੀ 'ਵਾਲੋਂ ਆ ਰਿਹਾ ਸੀ ਤਾਂ ਸਾਡੇ ਕੋਲ ਆ ਕੇ ਰੁਕ ਗਿਆ ਕਿ ਕਿਹੜੀ ਗੱਲ ਤੋਂ ਬਹਿਸ ਰਹੀ ਹੋ ਤਾਂ ਅਸੀਂ ਆਕੇ ਅਗੇ ਪਾ ਜੀ ਇਹ ਵਿਅਕਤੀ ਯਰਦਾ ਲਾ ਕੇ ਆਇਆ 11 ਨੰਬਰ ਬੈਰਕ ਬੈਰਕ ਦੇ ਵਿੱਚੋਂ ਪਰ ਇਮਾਨਦਾ ਨਹੀਂ ਇਹ ਮੂੰਹ ਖੋਲ ਕੇ ਵੀ ਦਿਖਾ ਲਦਾ ਪਰ ਇਹਦੇ ਮੂੰਹ ਵਿੱਚ ਵੀ ਕੁਝ ਹੈ ਨਹੀਂ ਤਾਂ ਜੰਦਰ ਲਾਭ ਸਿੰਘ ਕਹਿੰਦਾ ਕਿ ਠਹਿਰੋ ਮੈਂ ਦੇਖਦਾ ਉਸ ਨੇ ਆਖਿਆ ਮਦਨ ਮੂੰਹ ਖੋਲੋ ਆਪਣਾ ਬੜੀ ਜ਼ਰੂਰਤ ਦੇ ਨਾਲ ਮਦਨ ਲਾਲ ਨੇ ਮੂੰਹ ਖੋਲਿਆ ਕੁਝ ਵੀ ਨજર ਨਹੀਂ ਆਇਆ ਤਜੰਦਰ ਲਾਭ ਸે ਕਹਿਣ ਲੱਗੇ ਕਿ ਇੱਕ ਵਾਰ ਹੋਰ ਖੋਲ ਜਦੋਂ ਦੁਬਾਰਾ ਖੋਲਿਆ ਜੰਦਰ ਲਾਭ ਸਿੰਘ ਨੇ ਆਪਣੀ ਉਂਗਲੀ ਉਸ ਦੇ ਮੂੰਹ ਵਿੱਚ ਪਾਈ ਤੇ ਜਰਦਾ ਕੱਢ ਲਿਆਂਦਾ ਤੇ ਸਾਰਿਆਂ ਨੂੰ ਦਿਖਾਇਆ ਕਿ ਆਹ ਦੇਖੋ ਕਿਉਂਕਿ ਉਸ ਨੇ ਬਹੁਤ ਪਿੱਛੇ ਜਰਦਾ ਲਗੋਇਆ ਹੋਇਆ ਸੀ ਸੋ ਉਸ ਤੋਂ ਬਾਅਦ ਜੰਦਰ ਲਾਭ ਸਿੰਘ ਕਹਿਣ ਲੱਗੇ ਕਿ ਅੱਜ ਤੋਂ ਬਾਅਦ ਸਾਰਿਆਂ ਦਾ ਤੇਰੇ ਨਾਲ ਬਾਈਕਾਟ ਸੋ ਇਹ ਗੱਲ ਬਾਬਾ ਸੱਗਰ ਸਿੰਘ ਨੂੰ ਵੀ ਦੱਸੀ ਗਈ ਤਾਂ ਬਾਬਾ ਸੱਗਰ ਸਿੰਘ ਬਹੁਤ ਗੁੱਸੇ ਹੋਏ ਉਸ ਤੇ ਭਾਂਡੇ ਉਸਨੇ ਫਗਾ ਕੇ ਬਾਹਰ ਮਾਰੇ ਅਤੇ ਆਖਿਆ ਕਿ ਦੋਸਤਾ ਕਿ ਮੈਂ ਤੇਰੇ ਤੇ ਇੰਨਾ ਯਕੀਨ ਕਰਦਾ ਰਿਹਾ ਕਿ ਤੂੰ ਹਿੰਦੂ ਧਰਮ ਦੇ ਵਿੱਚ ਪੈਦਾ ਹੋਇਆ ਔਰ ਸਾਡੇ ਸੈਕ ਸੰਘਰਸ਼ ਦਾ ਹਿੱਸਾ ਬਣ ਗਿਆ ਤੇ ਤੂੰ ਬਹੁਤ ਚੰਗਾ ਹੋਵੇਂਗਾ ਪਰ ਤੇਰੀ ਕਰਤੂਤ ਆ ਸੀ ਸੋ ਇਹ ਕਹਾਣੀ ਸੀ ਉਸ ਅਲਵੇਲੇ ਜਰਨਲ ਦੀ ਜਿਹੜਾ ਕਿ ਬਾਜ ਨਿਗਾਵਾਲਾ ਸੀ ਜਿਹੜਾ ਕਿ ਹਰ ਬੰਦੇ ਨੂੰ ਉਸ ਤੇ ਫੇਸ ਵੱਲ ਵੇਖ ਕੇ ਜੱਜ ਕਰ ਲਿਆ ਕਰਦਾ ਸੀ ਕਿ ਇਹ ਵਿਅਕਤੀ ਕੌਮ ਪ੍ਰਸਟ ਕਿੰਨਾ ਹੈ ਅਤੇ ਕੋਮ ਘਾਟਕ ਕਿੰਨਾ ਹੈ ਕਿੰਨਾ ਕ ਇਹ ਸੱਚਾ ਤੇ ਕਿੰਨਾ ਕ ਇਹ ਝੂਠਾ ਹੈ ਸੋ ਉਸ ਤੋਂ ਬਾਅਦ ਜਦੋਂ 10 April 1986 ਵਾਲੇ ਦਿਨ ਸਾਡਾ ਜਲੰਧਰ ਦੀ ਕੇਂਦਰੀ ਜੇਲ੍ਹ ਤੋਂ ਸਿਕਿਉਰਿਟੀ ਜੇਲ੍ਹ ਸੰਗੂਰ ਦਾ ਚਲਾਨ ਪਾਇਆ ਗਿਆ ਤਾਂ ਉਸ ਮਦਨ ਲਾਲ ਦਾ ਵੀ ਨਾਲ ਹੀ ਚਲਾਨ ਪਾ ਦਿੱਤਾ ਗਿਆ ਸੀ ਸੋ 1 ਸਾਲ ਤੋਂ ਜ਼ਿਆਦਾ ਸਮਾਂ ਉਸ ਨੂੰ ਵੀ ਸੰਗਯਵਰਦੀ ਸਿਕਿਉਰਿਟੀ ਜੀਐਲਡੀ ਵਿੱਚ ਰਹਿਣਾ ਪਿਆ ਸੀ ਮੇਰੀ 16 ਮਾਰਚ 1987 ਨੂੰ ਉਥੋਂ ਰਿਹਾਈ ਹੋਈ ਸੀ ਉਸ ਤੋਂ ਬਾਅਦ ਮਦਨ ਲਾਲ ਦਾ ਕੀ ਬਣਿਆ ਕੀ ਨਹੀਂ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਜਿੰਨੇ ਕੀ ਜਾਣਕਾਰੀ ਹੱਦ ਬੀਤੀ ਉਹ ਜਾਰੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ